Hello and welcome to our official YouTube channel Education Word EW. I am your English faculty Bikram Singh. ਆਪਾਂ ਪਿਛਲੇ ਲੈਕਚਰ ਦੇ ਵਿੱਚ ਡਿਸਕਸ ਕੀਤਾ ਹੈ ਪੰਜਾਬ ਕਾਂਸਟੇਬਲ ਸਿਲੇਬਸ ਦੇ ਵਿੱਚ ਟੌਪਿਕ ਜਿਹੜੇ ਆਪਾਂ ਹੁਣ ਤੱਕ ਕਰਦੇ ਆਏ ਹਾਂ ਉਹ ਸੀਗੇ ਆਰ ਡਿਟੈਕਸ਼ਨ. ਅੱਜ ਆਪਾਂ ਨਿਊ ਟੌਪਿਕ ਤੁਹਾਡੇ ਨਾਲ ਲੈ ਕੇ ਆਏ ਹਾਂ, ਸ਼ੇਅਰ ਕਰਨ ਜਾ ਰਹੇ ਹਾਂ, ਜੋ ਹੈ ਸਿਨੋਨਿਮਸ. ਸਿਨੋਨਿਮਸ ਕੀ ਹੁੰਦੇ ਆ ਉਹਨੂੰ ਸਮਝਾਂਗੇ ਔਰ ਕੁਝ ਕੁਐਸਚਨਸ ਕਰਾਂਗੇ, ਜਿਹਦੇ ਨਾਲ ਨਾਲ ਤੁਸੀਂ ਨੋਟਬੁੱਕ ਜ਼ਰੂਰ ਲੈ ਲਿਓ ਤਾਂ ਕਿ ਤੁਹਾਨੂੰ ਆਪਸ਼ਨਸ ਜਿਹੜੇ ਤੁਸੀਂ ਮਾਰਕ ਕਰੋਗੇ ਨਾਲ ਨਾਲ ਉਹਨਾਂ ਦਾ ਮੀਨਿੰਗ ਵੀ ਲਿਖਦੇ ਰਹੋ ਅਤੇ ਸਿਨੋਨਿਮ ਔਰ ਵੀ ਮੈਂ ਤੁਹਾਨੂੰ ਲਿਖਾਵਾਂਗਾ, ਠੀਕ ਹੈ ਜੀ. ਸਭ ਤੋਂ ਪਹਿਲਾਂ ਜਾਣਦੇ ਸਿਨੋਨਿਮਸ ਹੁੰਦੇ ਕੀ ਆ. ਸਿਨੋਨਿਮਸ ਕੀ ਹੁੰਦੇ ਬਈ? ਐਜ਼ ਅ ਨੇਮ ਸੁਜੈਸਟ, ਸਿਨੋਨਿਮ ਤੋਂ ਹੀ ਨਿਕਲਿਆ ਹੈ, ਐਸ ਤੋਂ ਸਿਨੋਨਿਮ, ਐਸ ਤੋਂ ਹੀ ਪੈਂਦਾ ਹੈ ਸਾਡਾ ਸਿਮਿਲਰ, ਯਾਨੀ ਉਹ ਵਰਡਸ ਜਿਨ੍ਹਾਂ ਦੇ ਮੀਨਿੰਗ ਕੀ ਹੋਣ, ਸਿਮਿਲਰ ਹੋਣ, ਯਾਨੀ ਇੱਕੋ ਮੀਨਿੰਗ ਵਾਲੇ. ਦੋ ਵਰਡਸ ਉਹ ਹੁੰਦੇ ਆ ਸਿਨੋਨਿਮਸ, ਠੀਕ ਹੈ. ਦੋ ਤੋਂ ਜ਼ਿਆਦਾ ਵੀ ਹੋ ਸਕਦੇ ਜਿਨ੍ਹਾਂ ਦੇ ਮੀਨਿੰਗ ਇੱਕ ਜਿਹੇ ਹੋਣ, ਮਗਰ ਆਪਾਂ ਐਮ ਸੀ ਕਿਊ ਦੇ ਵਿੱਚ ਇੱਕ ਵਰਡ ਦਿੰਦੇ ਹਾਂ, ਉਹਦੇ ਆਪਸ਼ਨਸ ਹੁੰਦੇ ਆ. ਆਪਸ਼ਨ ਦੇ ਵਿੱਚ ਇੱਕ ਵਰਡ ਹੁੰਦਾ ਜਿਹਦਾ ਮੀਨਿੰਗ ਸੇਮ ਹੁੰਦਾ ਐਜ਼ ਜੋ ਕੁਐਸਚਨ ਦੇ ਵਿੱਚ ਹੈ, ਠੀਕ ਹੈ ਜੀ. ਕਲੀਅਰ ਹੈ? ਕਰਦੇ ਹਾਂ ਕੁਝ ਕੁਐਸਚਨਸ, ਫਿਰ ਨਾਲ ਨਾਲ ਆਪਾਂ ਸਮਝ ਜਾਵਾਂਗੇ ਸਿਨੋਨਿਮਸ ਹੁੰਦੇ ਕੀ ਹੈ, ਠੀਕ ਹੈ ਜੀ. ਫਸਟ ਕੁਐਸਚਨ ਕਰਨ ਜਾ ਰਹੇ ਹਾਂ ਜੀ. ਫਸਟ ਕੁਐਸਚਨ ਹੈ ਅਨੋਏ. ਅਨੋਏ ਕੀ ਹੁੰਦਾ ਜੀ? ਸਭ ਤੋਂ ਪਹਿਲਾਂ ਮੀਨਿੰਗ ਪਤਾ ਹੋਣਾ ਜ਼ਰੂਰੀ ਹੈ. ਕਿਸੇ ਵੀ ਵਰਡ ਦਾ ਪਹਿਲੇ ਸਾਨੂੰ ਮੀਨਿੰਗ ਕਲੀਅਰ ਹੋਏਗਾ ਅਤੇ ਆਪਾਂ ਈਜ਼ੀਲੀ ਉਹਦਾ ਸਿਨੋਨਿਮ ਪਤਾ ਕਰ ਸਕਦੇ ਹਾਂ. ਸਿਨੋਨਿਮ ਕਰਨ ਵੇਲੇ ਸਭ ਤੋਂ ਜਿਹੜੀ ਸਟਰੋਂਗ ਸਾਡਾ ਚੀਜ਼ ਹੋਣਾ ਚਾਹੀਦਾ, ਪੁਆਇੰਟ ਹੁੰਦਾ ਹੈ, ਉਹ ਹੈ ਵਕੈਬਲਰੀ. ਵਕੈਬਲਰੀ ਕੀ ਹੁੰਦਾ? ਸਾਨੂੰ ਆਪਾਂ ਵਰਡਸ ਦੀ ਕਿੰਨੀ ਪਛਾਣ ਹੈ, ਸਾਨੂੰ ਆਪਾਂ ਕਿੰਨੇ ਵਰਡਸ ਨੂੰ ਯੂਜ਼ ਕਰਦੇ ਹਾਂ ਆਪਾਂ ਡੇ ਟੂ ਡੇ ਲਾਈਫ ਦੇ ਵਿੱਚ, ਔਰ ਕਿੰਨੇ ਵਰਡਸ ਆਪਾਂ ਡੇ ਟੂ ਡੇ ਰੀਡ ਕਰਦੇ ਹਾਂ ਔਰ ਉਹਨਾਂ ਨੂੰ ਯੂਜ਼ ਕਰਦੇ ਹਾਂ ਆਪਣੀ ਬੋਲਚਾਲ ਦੀ ਭਾਸ਼ਾ ਦੇ ਵਿੱਚ, ਸਪੋਕਨ ਇੰਗਲਿਸ਼ ਦੇ ਵਿੱਚ, ਠੀਕ ਹੈ ਜੀ. ਸਭ ਤੋਂ ਪਹਿਲਾਂ ਵਰਡ ਜਿਹੜਾ ਅਨੋਏ, ਅਨੋਏ ਦਾ ਮਤਲਬ ਜੇ ਮੈਂ ਤੁਹਾਨੂੰ ਸਮਝਾਵਾਂ ਉਹ ਹੁੰਦਾ ਹੈ ਫਰਸਟ੍ਰੇਟ ਕਰਨਾ. ਅਨੋਏ ਦਾ ਮਤਲਬ ਹੁੰਦਾ ਹੈ ਟੂ ਫਰਸਟ੍ਰੇਟ, ਕਿਸੇ ਨੂੰ ਆਪਾਂ ਖਿਜਾ ਰਹੇ ਹਾਂ ਤਾਂ ਉਹਨੂੰ ਕਹਿੰਦੇ ਹਾਂ ਆਪਾਂ ਫਰਸਟ੍ਰੇਟ. ਇਹਦੇ ਸਿਨੋਨਿਮ ਵਰਡ ਔਰ ਲਿਖ ਲਓ ਜੋ ਮੈਂ ਤੁਹਾਨੂੰ ਦੱਸਦਾ ਨਾਲ ਨਾਲ, ਇਰੀਟੇਟ ਹੁੰਦਾ, ਠੀਕ ਹੈ ਜੀ. ਇਹ ਨੋਟ ਡਾਊਨ ਕਰਦੇ ਰਹੋ ਆਪਣੀ ਨੋਟਬੁੱਕ ਦੇ ਵਿੱਚ. ਇੱਕ ਵਰਡ ਹੁੰਦਾ ਐਕਸੈਸਪਰੇਟ, ਠੀਕ ਹੈ ਜੀ. ਹੁਣ ਇਹਦਾ ਇੱਕ ਔਰ ਸਿਨੋਨਿਮ ਵਰਡ ਹੁੰਦਾ ਟੀਜ਼, ਯਾਨੀ ਚਿੜਾਉਣਾ. ਕਿਸੇ ਨੂੰ ਆਪਾਂ ਚਿੜਾਉਂਦੇ ਹਾਂ, ਕਿਸੇ ਚੀਜ਼ ਨੂੰ ਆਪਾਂ ਖਿਜਾਉਂਦੇ ਹਾਂ ਕਿਸੇ ਪਰਸਨ ਨੂੰ, ਅਤੇ ਉਹ ਹੁੰਦਾ ਹੈ ਅਨੋਏ, ਟੀਜ਼, ਫਰਸਟ੍ਰੇਟ, ਇਰੀਟੇਟ, ਐਗਜੈਸਪਰੇਟ, ਠੀਕ ਹੈ. ਇਹ ਕੁਛ ਸਪੈਲਿੰਗਸ ਨੇ, ਕੁਛ ਵਰਡਸ ਨੇ ਜਿਹੜੇ ਤੁਸੀਂ ਨੋਟ ਡਾਊਨ ਕਰ ਲੈਣੇ ਆਪਣੇ ਨੋਟਬੁੱਕ 'ਤੇ. ਸਸਪੈਕਟ ਔਰ ਡਾਊਟ, ਬਾਕੀ ਵਰਡਸ ਵੀ ਆਪਾਂ ਪੜ੍ਹ ਲੈਂਦੇ ਹਾਂ ਨਾਲ ਨਾਲ, ਉਹਨਾਂ ਦੇ ਵੀ ਸਿਨੋਨਿਮ ਲਿਖ ਲਾਂਗੇ. ਸਸਪੈਕਟ ਔਰ ਡਾਊਟ ਸਿਨੋਨਿਮ ਵਰਡ ਹੈ, ਯਾਨੀ ਸਸਪੈਕਟ ਦਾ ਸਿਨੋਨਿਮ ਡਾਊਟ ਹੈ ਔਰ ਡਾਊਟ ਦਾ ਸਿਨੋਨਿਮ ਸਸਪੈਕਟ ਹੈ. ਇਹਦੇ ਔਰ ਸਿਨੋਨਿਮ ਵਰਡ ਲਿਖ ਸਕਦੇ ਹੋ. ਸਰਮਾਈਜ਼, ਠੀਕ ਹੈ. ਇਹ ਵਰਡ ਵੀ ਕਈ ਵਾਰ ਯੂਜ਼ ਹੋ ਜਾਂਦਾ ਹੈ, ਐਗਜ਼ਾਮਨਰ ਇਹ ਵਰਡ ਨੂੰ ਯੂਜ਼ ਕਰਦਾ ਹੈ. ਇਹਦਾ ਮਤਲਬ ਵੀ ਹੁੰਦਾ ਹੈ ਟੂ ਸਸਪੈਕਟ, ਟੂ ਡਾਊਟ. ਇੱਕ ਵਰਡ ਔਰ ਹੁੰਦਾ ਹੈ ਡਿਡਿਊਜ਼, ਠੀਕ ਹੈ ਜੀ. ਇਹ ਵਰਡਸ ਕੀ ਹੈ? ਸਿਨੋਨਿਮ ਹੈ, ਤੁਸੀਂ ਨੋਟ ਡਾਊਨ ਕਰ ਲੈਣੇ ਆ. ਸੈਕਿੰਡ ਦੇਖਣੇ ਐਮਨੈਸਟੀ. ਐਮਨੈਸਟੀ ਦਾ ਜਿਹੜਾ ਮੀਨਿੰਗ ਹੁੰਦਾ ਹੈ ਉਹ ਹੁੰਦਾ ਅਗਰ ਆਪਾਂ ਆਫੀਸ਼ੀਅਲ ਕਿਸੇ ਲੈਟਰ 'ਤੇ ਜਾਂ ਆਫੀਸ਼ੀਅਲ ਤਰੀਕੇ ਨਾਲ ਆਪਾਂ ਕੀ ਮੰਗਦੇ ਹਾਂ, ਮਾਫ਼ੀ, ਔਰ ਉਹਨੂੰ ਕਹਿੰਦੇ ਹਾਂ ਆਪਾਂ ਪਾਰਡਨ. ਸਿਨੋਨਿਮ ਵਰਡ ਸੌਰੀ ਦਾ ਕੀ ਹੁੰਦਾ ਹੈ? ਪਾਰਡਨ. ਔਰ ਐਮਨੈਸਟੀ ਦਾ ਸਿਨੋਨਿਮ ਇੱਥੇ ਤੁਹਾਨੂੰ ਸਿੱਧਾ ਸਿੱਧਾ ਮਿਲ ਜਾਏਗਾ, ਪਾਰਡਨ, ਠੀਕ ਹੈ ਜੀ. ਅਗਰ ਆਪਾਂ ਆਪਣੀ ਗਲਤੀ ਦੀ ਆਫੀਸ਼ੀਅਲ ਤਰੀਕੇ ਨਾਲ ਮਾਫ਼ੀ ਮੰਗਦੇ ਹਾਂ ਤਾਂ ਉਹ ਹੁੰਦਾ ਐਮਨੈਸਟੀ ਜਾਂ ਪਾਰਡਨ. ਪੀਸਫੁਲ, ਨੇਮ ਤੋਂ ਹੀ ਪਤਾ ਲੱਗ ਰਿਹਾ ਜੋ ਚੀਜ਼ ਪੀਸ ਦੇ ਨਾਲ ਹੈ, ਠੀਕ ਹੈ, ਸ਼ਾਂਤੀਮਈ ਤਰੀਕੇ ਨਾਲ ਹੋ ਰਹੀ ਹੈ, ਉਹਨੂੰ ਆਪਾਂ ਪੀਸਫੁਲ ਕਹਿੰਦੇ ਹਾਂ. ਸਰੋਗੇਟ, ਸਰੋਗੇਟ ਦਾ ਮਤਲਬ ਲਿਖ ਲਓ ਸਬਸਟੀਟਿਊਟ. ਸਰੋਗੇਟ ਮਤਲਬ ਹੁੰਦਾ ਸਬਸਟੀਟਿਊਟ. ਇੱਕ ਸਿਨੋਨਿਮ ਵਰਡ ਇਹ ਹੈ ਇਹਦਾ, ਇੱਕ ਹੁੰਦਾ ਪ੍ਰੋਕਸੀ, ਠੀਕ ਹੈ. ਇੱਕ ਲਿਖਿਆ ਹੋਇਆ ਸੁਪਰਸੀਡ. ਹੁਣ ਸੁਪਰਸੀਡ ਦਾ ਮਤਲਬ ਕੀ ਹੁੰਦਾ? ਕਿਸੇ ਚੀਜ਼ ਨੂੰ ਰਿਪਲੇਸ ਕਰਨਾ ਜਾਂ ਰਿਮੂਵ ਕਰਨਾ. ਕੋਈ ਚੀਜ਼ ਖਰਾਬ ਹੋ ਗਈ ਹੈ ਅਤੇ ਆਪਾਂ ਉਹਨੂੰ ਕੀ ਕਰ ਦਾਂਗੇ? ਸੁਪਰਸੀਡ ਕਰ ਦਾਂਗੇ, ਰਿਮੂਵ ਕਰ ਦਾਂਗੇ ਜਾਂ ਉਹਨੂੰ ਰਿਪਲੇਸ ਕਰ ਦਾਂਗੇ, ਠੀਕ ਹੈ ਜੀ. ਸਰੋਗੇਟ ਦਾ ਮਤਲਬ ਹੁੰਦਾ ਸਬਸਟੀਟਿਊਟ ਅਤੇ ਪ੍ਰੋਕਸੀ, ਨੋਟ ਡਾਊਨ ਕਰ ਲੈਣਾ ਤੁਸੀਂ. ਨੈਕਸਟ ਕੁਐਸਚਨ ਹੈ ਐਕਮੇ. ਹੁਣ ਐਕਮੇ ਕੀ ਮਤਲਬ ਹੁੰਦਾ? ਐਕਮੇ ਦਾ ਕੋਈ ਵੀ ਚੀਜ਼ ਜੋ ਹਾਈਐਸਟ ਪੁਆਇੰਟ 'ਤੇ ਹੈ, ਹਾਈਐਸਟ ਪੁਆਇੰਟ ਨੂੰ ਆਪਾਂ ਐਕਮੇ ਕਹਿ ਦਿੰਦੇ ਹਾਂ. ਬੈਸਟ ਜੋ ਕਹਿ ਸਕਦੇ ਹੋ ਕਿ ਸਾਡੀ ਲਾਈਫ ਦੇ ਸਭ ਤੋਂ ਅੱਛਾ ਗੱਲ ਹੋ ਰਹੀ ਹੈ, ਸਭ ਤੋਂ ਵਧੀਆ ਸਮੇਂ ਹੈ, ਉਹਨੂੰ ਤੁਸੀਂ ਐਕਮੇ ਕਹਿ ਸਕਦੇ ਹੋ, ਠੀਕ ਹੈ. ਸਿਨੋਨਿਮ ਟਰਮਸ ਹੈ ਜ਼ੀਨਿਥ ਵੀ ਆਪਾਂ ਯੂਜ਼ ਕਰਦੇ ਹਾਂ, ਏਪੈਕਸ ਆਪਾਂ ਯੂਜ਼ ਕਰ ਲੈਂਦੇ ਹਾਂ, ਹਾਈਐਸਟ ਪੁਆਇੰਟ 'ਤੇ ਹੈ ਹੀ ਹੈ, ਠੀਕ ਹੈ ਜੀ. ਔਰ ਕੀ ਆਪਾਂ ਯੂਜ਼ ਕਰ ਸਕਦੇ? ਪਿਨੈਕਲ, ਪਿਨੈਕਲ ਸਿਨੋਨਿਮ ਟਰਮ ਹੈ ਜ਼ੀਨਿਥ ਦੀ, ਠੀਕ ਹੈ ਜੀ. ਰਿਸੀਡ ਦਾ ਮਤਲਬ ਹੁੰਦਾ ਕੋਈ ਚੀਜ਼ ਦਾ ਬਹਾਵ. ਫੋਰ ਐਗਜ਼ਾਮਪਲ, ਮੈਂ ਕਹਾਂ ਪਾਣੀ, ਸਮੁੰਦਰ ਦਾ ਪਾਣੀ, ਦਰਿਆ ਦਾ ਪਾਣੀ ਘੱਟ ਰਿਹਾ ਹੈ ਅਤੇ ਰਿਸੀਡ, ਅਤੇ ਯਾਨੀ ਕਿ ਹੋ ਜਾਏਗਾ ਉਹਦਾ ਬੈਕ ਡਾਊਨ ਕਹਿ ਸਕਦੇ ਹੋ, ਰਿਸੀਡ ਦਾ ਲੋਅਰ ਡਾਊਨ ਕਹਿ ਸਕਦੇ ਹੋ, ਠੀਕ ਹੈ ਜੀ. ਇਹ ਰਿਸੀਡ ਦੇ ਸਿਨੋਨਿਮ ਵਰਡ ਹੈ. ਰਿਵਰਟ ਦਾ ਮਤਲਬ ਕੀ ਹੁੰਦਾ?
अगर मैं पीछे चला जावा तो वह हो जाएगा रिवर्ट बैक गो बैक ठीक है रिवर्ट यूज़ करते रिवर्ट के नाल आपां बैक नहीं यूज़ करते ठीक है वह सुपरफ्लूसनैस हो जाती है सुपरफ्लूसनैस का मतलब होंगे कोई चीज़ आप एक्सट्रा लगा रहे हैं लोड़ नहीं हैगी लगा की ठीक है रिवर्ट का मतलब की होंगे गो बैक सक्सीड का मतलब सफलता है ठीक है जी ये कुछ वर्ड्स आप किए अगे और क्वेश्चन करते हैं नाल दे नाल तुसी नोट डाउन जरूर करते रहो ताकि तुहानू ये नोट्स जिहड़े आने वाले समय के हेल्पफुल हो ठीक है जी नैक्सट क्वेश्चन करते हैं फोर्थ क्वेश्चन अबोर नैक्सट क्वेश्चन है अबोर अबोर का मतलब की होंगे है किसी चीज़ तो तुसी नफरत करते हो ठीक है जी हेटरेड के लिए आप यूज करते हैं अबोर का एक सिनोनिम वर्ड होंगे है हेटरेड ठीक है जी हेटरेड मतलब हो गया उतों ही अबोर का निकल आया हेट ठीक है और की मीनिंग होता है एक यदा होंगे है डिसगस्ट ठीक है जी अबोर दे एक हेटरेड हो गया ए डिसगस्ट हो गया और हेट उतों निकल आया ब्लेड की होंगे शार्प ऑबजेक्ट ब्लेड आप यूज़ करते हैं हर जगह उन्होंने आप ब्लेड कहने शार्प ऑबजेक्ट होंगे बेसिकली ट्राई मतलब किसी चीज़ की कोशिश करना ठीक है जी नैक्सट क्वेश्चन है अफरंट अफरंट का मतलब की होंगे किसी बंदे या किसी इंसान को रैंक के हिसाब न अगर वो साढ़े तो रैंक तो उत्ते है तो वो आप कर रहे हैं इनसल्ट कर रहे हैं उन्होंने आप कर रहे हैं ऑफेंड कर रहे हैं तो ये सिनोनिम वर्ड होंगे है इनसल्ट ऑफेंस और एक वर्ड यदा की आ जाएगा प्रोवोकेशन जो ऑप्शन के दिता हुआ प्रोवोकेट प्रोवोकेशन प्रोवोकेट का मतलब होंगे है किसी इंसान की बेअदबी करना वो बेइज्जती करना ठीक है जी अफरंट के सिनोनिम वर्ड इनसल्ट ऑफेंस और प्रोवोकेशन हो गए डिसटेस्ट टेस्ट तो अपोजिट है टेस्ट यानी कोई चीज़ सानू स्वाद लग रही है वह अपोजिट हो जाएगा डिसटेस्ट ठीक है जी नैक्सट है एडमिट एडमिट का मतलब होंगे किसी चीज़ को तुम मान रहे हो मान लो कोई गलती की है तुम तो वह करोगे तुम एडमिट करोगे या कन्फेस करोगे या रिवील करोगे कि हाँ भाई मैं गलती की है ठीक है तो एडमिट का कन्फेस हो जाता है रिवील होंगे एक होंगे एक्नोलेज एक्नोलेज भी एडमिट का सिनोनिम टर्म हैगा ठीक है एक और ऑप्शन के आया हुआ वर्ड सप्रैस इनू भी समझते होंगे की है सप्रैस का मतलब होंगे किसी बंदे या किसी इंसान को दबाना अगर आप किसी परसन की मॉरल वैल्यूज हर्ट करते हैं उन्हों या तो आप हरा सकते हैं डिफीट कर सकते हैं या आप की कर सकते हैं क्रश कर सकते हैं क्रश मतलब उन्हों आप नीवा दिखा सकते हैं ठीक है क्रश भी हो जाता है डिफीट भी हो जाता है ठीक है सिनोनिम वर्ड है सप्रैस्ड ठीक है और देखते हैं अगे वर्ड्स और करके देखते हैं क्लियर आई होप सो तुम समझ आ रहा होगा जो कोई भी प्रॉब्लम है तो पूछ सकते हो तुम सैवंथ क्वेश्चन है एगोनी एगोनी का सीधा सीधा मतलब है एगोनी टर्म जी यूज़ करनी है वह कि यूज़ करनी है दुख के लिए साड़ी दर्द के लिए पेन यदा सिनोनिम टर्म है और किड़े सिनोनिम टर्म है इतने दिता हुआ वर्ड सौरो सौरो जो है एगोनी का सिनोनिम टर्म है पेन भी होंगे यदा और होंगे टॉर्चर ठीक है और होंगे अगर आप सट सानू लगती है तो सानू की होंगे दुख या दर्द होंगे ठीक है जी सौरो यदा सिनोनिम टर्म है सफ़र किसी चीज़ को सफ़र भी आ सकता सीगा मगर सफ़र क्यों नहीं आया क्योंकि एगोनी इज बेसिकली सफरिंग तो सफ़र का मतलब सेम उहदे नाल लेट नहीं होया ठीक है थोड़ा डिफरेंट है मगर जो मोस्ट एप्रोप्रिएट होंगे सिनोनिम दे विच वही चकना होंगे जो बिल्कुल नाल दा कह सकते हो कि बिल्कुल मिलता जुलता है मीनिंग वाला शब्द है वही चकना ठीक है जी ट्रेंड की होंगे भी जो चीज़ फैशन दे विच है उन्हों आप कहने ट्रेंड कि अजकल दे समय दे विच ये चीज़ ट्रेंड चल रहा यानी फैशन चल रहा एक सिनोनिम वर्ड होंगे वॉग ये भी तुसी लिख लेना है एगोनी का सॉरी ट्रेंड का सिनोनिम वर्ड है फैशन और वोक ठीक है नैक्सट क्वेश्चन है एबसल्यूट एबसल्यूट का मतलब की होंगे कोई चीज़ कंप्लीट है यानी ऑप्शन दे देखो कि वर्ड कंप्लीट के रिलेट कर रहा कम कन्फ्रंट परफेक्ट या कवर एबसल्यूट का जोड़ा सेम वर्ड लग रहा ना तो लगेगा परफेक्ट एबसल्यूट का मतलब की है कोई चीज़ बिल्कुल परफेक्ट है यानी बेस्ट है अपने आप से चीज़ कंप्लीट है यानी बेस्ट होगी परफेक्ट होगी ठीक है और सिनोनिम वर्ड लिख लो यदा अटर यू डबल टी ई आर एग्जामिनर कई बार इदा के वर्ड्स दे दिंदा है तो वर्ड्स तुसी नोट डाउन कर लो सिनोनिम नाल दे नाल नोट कर लेने हैं ठीक है जी कम सारे नूं पता है कन्फ्रंट का मतलब होंगे किसी चीज़ को चैलेंज करना किसी परसन अगर आप चैलेंज करते हैं ना एक तुम चैलेंज यूज़ कर सकते हो एक तुम कन्फ्रंट टर्म यूज़ कर सकते हो कवर का मतलब सारे नूं पता है कवर टू कवर मतलब टू हाइड ठीक है हाइड
अब्यूज, हुण अब्यूज दा मतलब मैं पहला भी तुहानूं दस्या होया कि मतलब की हुंदा मिस ट्रीट करना या मिसबिहेव करना या मिस यूज करना या इहदा इक और मतलब मैं तुहानूं दस्या सीगा कि आपां बैड वर्ड्स यूज करदे हां, क्रिटिसाइजिंग वर्ड यूज करदे हां, ठीक है जी। ते अब्यूज दा सिनोनिम वर्ड आ जाएगा इत्थे ऑप्शन दे विच, देखो कर्स। हुण अब्यूज दा कर्स है, बाकी टर्म्स भी समझ लैने की हुंदियां। प्रूड दा मतलब की हुंदा है, कोई परसन जो अपने सिद्धांतां ते टिकिया रवे उहनूं आपां कहिंदे प्रूड, यानी मोरलिस्ट परसन नूं प्रूड कहिंदे हो। सेन कौन हुंदा भाई, सेन जो समझदार इंसान है, मैंटली की है, बैलेंस्ड है, बैलेंस्ड परसन नूं आपां कह दिंदे आ मैंटली बैलेंस नूं, या जो बंदा मैंटली ओके है उन्हों आपां कह दिंदे आ सेन, ठीक है जी। टेंडर, कोई चीज़ सॉफ्ट है, खान लायक है, उन्हों आपां कहने एडिबल, ठीक है जी। कोई चीज़ सॉफ्ट है या खान लायक है उन्हों आपां कह दिंदे आ टेंडर। एक परसन की क्वालिटी भी होंदी है, अगर परसन काइंड हार्टेड है, नरम दिल का है, तो उन्हों आपां कह दिंदे आ टेंडर, ठीक है जी। नो डाउन नाल दे नाल करदे चलना तुसीं हर एक वर्ड दे मीनिंग ते नाल दे नाल उहनां दे सिनोनिम की है। ये तुहाडे लई बहुत बेनीफिशियल होगा जदों तुसीं अगे क्वेश्चंस करोगे, ठीक है जी। नैक्सट क्वेश्चन करने आ अबैंडन। अबैंडन दा मतलब की हुंदा है, अगर आपां किसी जगह नूं खाली कर दीए, रूम दे विच आपां बैठे हुए हैं, सारे दे सारे रूम नूं खाली कर दीए, वह हो जाएगा अबैंडन। तो इहदे सिनोनिम टर्म की हुंदे आ डेजर्ट, क्विट, एम्प्टी, ठीक है जी। हुण ऑप्शन दे विच देखो किहड़ा वर्ड है जिहड़ा बिल्कुल इहदे नाल दा है। अबैंडन दे ऑप्शन दित्ते हुए आ सर्व, टैंपरेरी, फोरसेक या ग्रेट। देखो फोरसेक जो है वह भी उहदा मतलब भी की हुंदा है अबैंडन, यानी खाली करना, टू लीव, ठीक है। फोरसेक दा मतलब हुंदा है टू लीव, कि उस जगह तो चले जाना, तो इहदा सिनोनिम वर्ड अबैंडन दा की होएगा फोरसेक। टैंपरेरी सानूं पता ही है जो चीज़ शॉर्ट टाइम दे लई है उन्हों आपां कह दिंदे टैंपरेरी, जो चीज़ पक्के समय दे लई उन्हों कहने आपां परमानेंट, ठीक है। सर्व दा मतलब सारे नूं पता है कि आपां वो डिस्ट्रीब्यूट कर रहे हैं, सारे नूं वंड रहे हैं, तो उन्हों आपां कह दिंदे सर्व, ठीक है। ग्रेट तुहानूं ऑबवियसली गल पता है, ग्रेट जो बहुत महान परसन हुंदा उन्हों आपां ग्रेट कहने, ठीक है। एंटीसीपेट, नैक्सट वर्ड है एंटीसीपेट। एंटीसीपेट दा मतलब जे मैं सीधा सीधा दसां उहदा मतलब हुंदा है अनुमान लगाना, अंदाज़ा लगाना, यानी किसी चीज़ नूं आपां की करदे हां फोरकास्ट करते हैं, ठीक है, अनुमान लगाने हैं। और की हुंदा है फोरसी। देखो जो मौसम विभाग वाले होंगे है, वैदर फोरकास्टर होंगे, वह की करते हैं फोरकास्ट करते हैं, एंटीसीपेट अनुमान लगाते हैं वैदर का, ठीक है। तो एंटीसीपेट का सिनोनिम वर्ड दिते हुए हैं गैम्बल है, दसो, या एक्सपैक्ट है, या हॉरिफिक है, या मेडिएट है। आंसर की होएगा, देखो भाई गैम्बल का मतलब की हुंदा है किसी चीज़ पर तुसीं शर्त लगाते हो, गैम्बल का सिनोनिम वर्ड हुंदा है बैट। एक्सपैक्ट का मतलब भी की हुंदा है अनुमान लगाना, ठीक है। एक्सपैक्ट फिर इहदा की हो जाएगा सिनोनिम टर्म हो जाएगा एंटीसीपेट का। हॉरिफिक का मतलब की हुंदा, जो चीज़ बहुत बुरी होवे, टैरिबल होवे, ठीक है, तुसीं उम्मीद नहीं की मगर वो चीज़ उदा दी हो जाए, तो हॉरिफिक या टैरिबल उन्होंने आप कह देने। मेडिएट का मतलब की हुंदा, देखो दो पार्टीज़ के लड़ाई होगी फॉर एग्जाम्पल, तो तुसीं की काम करोगे, बिच बचाव का काम करोगे, उन्हों का की कराओगे सुलाह कराओगे, सुलाह करवाना इज़ मेडिएट। सिनोनिम वर्ड हुंदा इहदा आर्बिट्रेट, ठीक है, आर्बिट्रेट हुंदा है। और कौन करांदा है, बेसिकली अंपायर भी करवा सकता है, रेफरी करवा सकता है, या आर्बिट्रेटर करा सकता है। आर्बिट्रेटर टर्म यूज़ की जाती है जो बंदा की करांदा है, सुलाह करवांदा है दो पार्टीज़ विच जिन्हां दे विच की होए लड़ाई होए, कॉन्फ्लिक्ट होए, ठीक है। ट्वेल्थ क्वेश्चन है अवेयर। अवेयर का मतलब की हुंदा है, अवेयर का मतलब हुंदा है कि कोई परसन किसी चीज़ बारे कितना सतर्क है, किन्ना उहदी चीज़ बारे उहनूं नॉलेज है, किन्ना उस चीज़ बारे वह पछाण रखता है। तो अवेयर दे सिनोनिम टर्म्स की हुंदे है, अवेयर दा एक सिनोनिम टर्म इत्थे लिखा होया है कॉन्शियस, और सिनोनिम एक और हुंदा है अलर्ट, ठीक है। कॉन्शियस, अलर्ट, अवेयर, ये सारे सिनोनिम वर्ड ने, ठीक है जी। प्रॉम्प्ट, प्रॉम्प्ट दा मतलब की हुंदा है एकदम कोई काम हो जाए, तो की कहोगे सडन। प्रॉम्प्ट एकदम ना कोई काम होना इज प्रॉम्प्ट, सडन, ठीक है। मेक और लूज सारे नूं पता है, लूज और लॉस दे विच डिफरेंस याद रखना, अगर डबल ओ आएगा यानी कोई चीज़ की है अनअटैच्ड है, यानी जुड़ी नहीं हुई,
ਕੋਈ ਚੀਜ਼ ਢਿੱਲੀ ਢਾਲੀ ਹੈ, ਠੀਕ ਹੈ, ਢਿੱਲੀ ਚੀਜ਼ ਨੂੰ ਆਪਾਂ ਕਹਿੰਦੇ ਹਾਂ ਲੂਜ਼, ਔਰ LOSE ਨੂੰ ਕਹਿੰਦੇ ਹਾਂ ਆਪਾਂ ਲੋਸ, ਉਹਦਾ ਮਤਲਬ ਹੁੰਦਾ ਹੈ ਕਿ ਹਾਰ, ਠੀਕ ਹੈ ਜੀ। ਇਹ ਡਿਫਰੈਂਸ ਯਾਦ ਰੱਖਣਾ ਲੂਜ਼ ਔਰ ਲੋਸ ਦੇ ਵਿੱਚ, ਠੀਕ ਹੈ। ਨੈਕਸਟ ਕੁਐਸਚਨ ਕਰਦੇ ਹਾਂ। ਨੈਕਸਟ ਹੈ ਐਡਮਿਨਿਸਟਰ। ਐਡਮਿਨਿਸਟਰ ਦਾ ਮਤਲਬ ਕੀ ਹੁੰਦਾ ਵੀ, ਐਡਮਿਨਿਸਟਰ ਦਾ ਮਤਲਬ ਹੁੰਦਾ ਹੈ ਜਿੱਦਾਂ ਐਡਮਿਨਿਸਟ੍ਰੇਟਰ ਦਾ ਕੰਮ ਕੀ ਹੁੰਦਾ, ਕਿਸੇ ਵੀ ਕੰਪਨੀ ਔਰਗਨਾਈਜੇਸ਼ਨ ਨੂੰ ਮੈਨੇਜ ਕਰਨਾ, ਕੰਟਰੋਲ ਕਰਨਾ, ਠੀਕ ਹੈ। ਅਤੇ ਆਪਸ਼ਨ ਦਿੱਤੇ ਹੋਏ ਆ ਸਾਨੂੰ, ਕੰਡਕਟ, ਅਟੈਂਪਟ, ਟ੍ਰੈਂਬਲ, ਬਲੋ ਅਪ। ਪਹਿਲੇ ਮਤਲਬ ਸਮਝ ਲੈਂਦੇ, ਕੰਡਕਟ ਦਾ ਮਤਲਬ ਕੀ ਹੁੰਦਾ, ਕੰਡਕਟ ਕਰਨਾ ਕਿਸੇ ਚੀਜ਼ ਨੂੰ ਹੈਂਡਲ ਕਰਨਾ, ਠੀਕ ਹੈ, ਕਿਸੇ ਚੀਜ਼ ਨੂੰ ਅੰਜਾਮ ਤੱਕ ਪਹੁੰਚਾਉਣਾ, ਠੀਕ ਹੈ, ਯਾਨੀ ਕਿਸੇ ਚੀਜ਼ ਨੂੰ ਕੰਟਰੋਲ ਦੇ ਵਿੱਚ ਰੱਖਦੇ ਹੋ ਤੁਸੀਂ, ਤਾਂ ਦੈਟ ਇਜ਼ ਕੰਡਕਟ। ਅਟੈਂਪਟ, ਅਟੈਂਪਟ ਦਾ ਮਤਲਬ ਕੀ ਹੁੰਦਾ, ਕਿਸੇ ਚੀਜ਼ ਨੂੰ ਤੁਸੀਂ ਕਿੰਨਾ ਅਟੈਂਪਟ ਕਰ ਰਹੇ ਹੋ, ਯਾਨੀ ਕਿੰਨਾ ਤੁਸੀਂ ਉੱਤੇ ਜ਼ੋਰ ਲਗਾ ਰਹੇ ਹੋ, ਕਿੰਨਾ ਤੁਸੀਂ ਭਾਗ ਲੈ ਰਹੇ ਹੋ ਉਸ ਚੀਜ਼ ਦੇ ਵਿੱਚ। ਟ੍ਰੈਂਬਲ ਦਾ ਮਤਲਬ ਕੀ ਹੁੰਦਾ, ਸ਼ੇਕ ਕਰਨਾ। ਇਹਦਾ ਇੱਕ ਔਰ ਸਿਨੋਨਿਮ ਵਰਡ ਕਈ ਵਾਰੀ ਐਗਜ਼ਾਮਿਨਰ ਪਾ ਦਿੰਦਾ, ਲਿਖ ਲੈਣਾ ਕਿਊਵਰ, QUIVER, ਕਿਊਵਰ, ਸ਼ੇਕ ਔਰ ਟ੍ਰੈਂਬਲ ਸੇਮ ਚੀਜ਼ ਹੈ, ਠੀਕ ਹੈ। ਬਲੋਅਪ, ਬਲੋਅਪ ਯਾਨੀ ਇੱਕਦਮ ਕੋਈ ਧਮਾਕਾ ਹੋਣਾ, ਬਲਾਸਟ ਹੋਣਾ, ਠੀਕ ਹੈ, ਉਹਨੂੰ ਆਪਾਂ ਕਹਿ ਦਿੰਦੇ ਹਾਂ ਬਲੋਅਪ। ਅਤੇ ਕੀ ਆਂਸਰ ਹੋਊਗਾ ਇਹਦਾ? ਆਂਸਰ ਹੈ ਕੰਡਕਟ, ਠੀਕ ਹੈ। ਐਡਮਿਨਿਸਟਰ ਦਾ ਆਂਸਰ ਹੈਂਡਲ, ਕੰਟਰੋਲ, ਔਰ ਇੱਕ ਮੈਨੇਜ ਵੀ ਲਿਖ ਸਕਦੇ ਹੋ ਸਿਨੋਨਿਮ ਵਰਡ। ਮੈਨੇਜਰ ਮੈਨੇਜਮੈਂਟ ਕਰਦਾ ਹੈ, ਮੈਨੇਜਮੈਂਟ ਯਾਨੀ ਉਹਨੂੰ ਕੰਟਰੋਲ ਕਰਦਾ ਹੈ, ਕੰਡਕਟ ਕਰਦਾ, ਠੀਕ ਹੈ। ਐਪਰੀਹੈਂਸ਼ਨ ਹੈ ਨੈਕਸਟ। ਐਪਰੀਹੈਂਸ਼ਨ ਦਾ ਮਤਲਬ ਹੁੰਦਾ ਹੈ ਕਿਸੇ ਚੀਜ਼ ਦਾ ਡਰ ਜਾਂ ਉਤਸੁਕਤਾ ਕਿਸੇ ਵੀ ਤਰ੍ਹਾਂ ਦੀ। ਕੋਈ ਗੱਲ, ਮੰਨ ਲਓ ਤੁਹਾਡਾ ਰਿਜ਼ਲਟ ਆਉਣ ਵਾਲਾ ਹੈ, ਤਾਂ ਰਿਜ਼ਲਟ ਆਉਣ ਵਾਲਾ, ਤੁਹਾਨੂੰ ਕਿੱਦਾਂ ਦਾ ਡਰ ਹੋ ਸਕਦਾ ਕਿ ਮੇਰੇ ਕਿੰਨੇ ਨੰਬਰ ਆਉਣਗੇ, ਘੱਟ ਆਉਣਗੇ ਜਾਂ ਜ਼ਿਆਦਾ ਆਉਣਗੇ, ਮੈਂ ਫੇਲ ਹੋਵਾਂਗਾ ਜਾਂ ਪਾਸ ਹੋਵਾਂਗਾ ਜਾਂ ਫਸਟ ਆਵਾਂਗਾ। ਇਹ ਚੀਜ਼ ਸਾਡੇ ਦਿਮਾਗ ਦੇ ਵਿੱਚ ਕੀ ਬਣਾ ਦਿੰਦੀ ਹੈ? ਐਂਗਜ਼ਾਇਟੀ। ਐਂਗਜ਼ਾਇਟੀ ਦਾ ਮਤਲਬ ਇਹ ਹੁੰਦਾ ਹੈ ਡਰ, ਅੱਛੇ ਲਈ ਵੀ ਅਤੇ ਬੁਰੇ ਦੇ ਲਈ, ਇਹ ਮਿਕਸਡ ਰਿਐਕਸ਼ਨ ਹੁੰਦਾ ਹੈ। ਅਤੇ ਆਂਸਰ ਕੀ ਹੋਊਗਾ ਫਿਰ? ਐਪਰੀਹੈਂਸ਼ਨ ਦਾ ਦੇਖੋ ਆਪਸ਼ਨਸ ਹੈ ਕਰੇਜੀਅਸ। ਕਰੇਜ ਟਰਮ ਤੋਂ ਬਣਾ ਹੈ, ਯਾਨੀ ਬਰੇਵ ਪਰਸਨ ਨੂੰ ਆਪਾਂ ਕਹਿੰਦੇ ਹਾਂ ਕਰੇਜੀਅਸ। ਕਾਊਂਟ ਯਾਨੀ ਗਿਣਤੀ। ਟਿਮਿਡ, ਟਿਮਿਡ ਦਾ ਇੱਕ ਮਤਲਬ ਤਾਂ ਹੁੰਦਾ ਹੈ ਸ਼ਾਏ, ਠੀਕ ਹੈ, ਸ਼ਾਏ ਹੁੰਦਾ ਹੈ, ਯਾਨੀ ਕੋਈ ਪਰਸਨ ਡਰਿਆ ਹੋਇਆ ਹੈ, ਅਫਰੇਡ ਵੀ ਟਿਮਿਡ ਦਾ ਸਿਨੋਨਿਮ ਟਰਮ ਹੋ ਜਾਏਗਾ, ਠੀਕ ਹੈ। ਇੰਟੀਮੇਟ ਦਾ ਮਤਲਬ ਕੀ ਹੁੰਦਾ ਹੈ? ਕੋਈ ਪਰਸਨ ਸਾਡੇ ਕਲੋਜ਼ ਹੈ, ਸਾਡੇ ਨਾਲ ਪ੍ਰਾਈਵੇਟ ਹੈ, ਅਤੇ ਉਹਨੂੰ ਆਪਾਂ ਕਹਿ ਦਿੰਦੇ ਹਾਂ ਇੰਟੀਮੇਟ। ਅਤੇ ਹੁਣ ਦੱਸੋ ਇਹਦਾ ਆਂਸਰ ਕੀ ਹੋਏਗਾ ਐਪਰੀਹੈਂਸ਼ਨ ਦਾ? ਐਪਰੀਹੈਂਸ਼ਨ ਦਾ ਮੋਸਟ ਸਿਮਿਲਰ ਟਰਮ ਮੀਨਿੰਗ ਵਾਲਾ ਹੈਗਾ ਟਿਮਿਡ, ਠੀਕ ਹੈ। ਅਤੇ ਐਪਰੀਹੈਂਸ਼ਨ ਦਾ ਸਿਨੋਨਿਮ ਵਰਡ ਕੀ ਹੈ? ਟਿਮਿਡ। ਨੈਕਸਟ ਹੈ ਅਡੋਨ। ਅਡੋਨ ਦਾ ਮਤਲਬ ਹੁੰਦਾ ਹੈ, ਅੱਛਾ, ਮੈਂ ਕਿਸੇ ਚੀਜ਼ ਦੀ ਸਜਾਵਟ ਕਰ ਰਿਹਾ, ਕਿਸੇ ਵੀ ਚੀਜ਼ ਨੂੰ ਸਵਾਰ ਰਹੇ ਹਾਂ, ਅਤੇ ਉਹਨੂੰ ਮੈਂ ਕਹਾਂਗਾ ਆਈ ਐਮ ਅਡੋਨਿੰਗ, ਠੀਕ ਹੈ। ਅਡੋਨ, ਡੈਕੋਰੇਟ, ਔਰ ਕੀ ਹੋ ਜਾਏਗਾ? ਬਿਊਟੀਫਾਈ, ਠੀਕ ਹੈ, ਫਰਨਿਸ਼ ਕਰ ਰਿਹਾ ਮੈਂ, ਕਲੀਅਰ ਹੈ। ਆਪਸ਼ਨ ਦਿੱਤੇ ਹੋਏ ਆ ਟਰੱਸਟ ਯਾਨੀ ਬਿਲੀਵ। ਟਰੱਸਟ ਦਾ ਮਤਲਬ ਹੁੰਦਾ ਮੈਂ ਕਿਸੇ 'ਤੇ ਭਰੋਸਾ ਕਰ ਰਿਹਾ ਯਾਨੀ ਬਿਲੀਵ ਕਰ ਰਿਹਾ। ਰਾਈਟ ਯਾਨੀ ਲਿਖਣਾ, ਸਸਪੈਕਟ ਯਾਨੀ ਡਾਊਟ, ਠੀਕ ਹੈ। ਔਰ ਬਿਊਟੀਫਾਈ ਤਾਂ ਸਿੱਧਾ ਸਿੱਧਾ ਦਿੱਤਾ ਹੀ ਹੋਇਆ, ਉਹ ਤੁਹਾਨੂੰ ਮੈਂ ਮੀਨਿੰਗ ਦੇ ਵਿੱਚ ਵੀ ਦੱਸ ਦਿੱਤਾ ਸੀਗਾ। ਅਡੋਨ ਦਾ ਮਤਲਬ ਇੱਕ ਕੀ ਹੁੰਦਾ? ਬਿਊਟੀਫਾਈ ਕਰਨਾ, ਕਿਸੇ ਚੀਜ਼ ਨੂੰ ਸੁੰਦਰ ਬਣਾਉਣਾ, ਠੀਕ ਹੈ। ਨੈਕਸਟ ਕੁਐਸਚਨ ਕਰਦੇ ਹਾਂ। 16th ਕੁਐਸਚਨ ਹੈ ਐਕਿਊਜ਼। ਐਕਿਊਜ਼ ਦਾ ਮਤਲਬ ਕੀ ਹੁੰਦਾ ਵੀ? ਹੁਣ ਦੇਖੋ, ਕੋਈ ਬੰਦਾ ਕੋਈ ਗਲਤੀ ਕਰਦਾ ਅਤੇ ਉਹਦੇ 'ਤੇ ਕੀ ਲਗਾਇਆ ਜਾਂਦਾ? ਇਲਜ਼ਾਮ ਲਗਾਇਆ ਜਾਂਦਾ ਨਾ, ਅਤੇ ਇਲਜ਼ਾਮ ਲਗਾਉਣਾ ਔਰ ਐਕਿਊਜ਼ ਮਤਲਬ ਸੇਮ ਹੀ ਹੈ। ਜਿਹੜੇ ਪਰਸਨ 'ਤੇ ਇਲਜ਼ਾਮ ਲਗਾਏ ਗਏ ਹੈ, ਜਿਹੜੇ ਇਲਜ਼ਾਮ ਲਗਾਏ ਗਏ ਹੈ, ਉਹਨਾਂ ਨੂੰ ਆਪਾਂ ਕਹਿੰਦੇ ਹਾਂ ਐਕਿਊਜ਼। ਔਰ ਇਹਦਾ ਸਿਨੋਨਿਮ ਵਰਡ ਕੀ ਹੋ ਜਾਏਗਾ ਫਿਰ? ਚਾਰਜਿਸ, ਠੀਕ ਹੈ। ਔਰ ਜਿਹਦੇ 'ਤੇ ਇਲਜ਼ਾਮ ਲਗਾਉਂਦੇ ਹਾਂ ਉਹਨੂੰ ਕੀ ਕਹਿੰਦੇ ਹਾਂ ਆਪਾਂ? ਐਕਿਊਜ਼ਡ, ਕਲੀਅਰ ਹੈ। ਅਤੇ ਚਾਰਜਿਸ ਜੋ ਐਕਿਊਜ਼ਡ ਦੇ ਉੱਪਰ ਲਗਾਏ ਗਏ ਉਹਨੂੰ ਆਪਾਂ ਕਹਿੰਦੇ ਹਾਂ ਐਕਿਊਜ਼ ਜਾਂ ਐਕਿਊਜ਼ੇਸ਼ਨ, ਠੀਕ ਹੈ। ਆਪਸ਼ਨ ਦੇ ਵਿੱਚ ਦਿੱਤਾ ਹੋਇਆ ਪਲੇ, ਔਰ ਸਿੱਧਾ ਸਿੱਧਾ ਆਪਸ਼ਨ ਦਿੱਤਾ ਸੀਗਾ ਚਾਰਜ, ਅਤੇ ਚਾਰਜ ਹੀ ਇਹਦਾ ਆਂਸਰ ਹੈ, ਔਰ ਕੋਈ ਦੇਖਣ ਦੀ ਲੋੜ ਹੀ ਨਹੀਂ ਤੁਹਾਨੂੰ, ਸਿੱਧਾ ਸਿੱਧਾ ਹੀ। ਰੀਚਾਰਜ, ਜਦੋਂ ਸਾਡੀ ਕੋਈ ਬੈਟਰੀ ਫੋਰ ਐਗਜ਼ਾਮਪਲ ਡਰੇਨ ਹੋ ਜਾਂਦੀ ਹੈ, ਯਾਨੀ ਉਹਦੀ ਬੈਟਰੀ ਡੈੱਡ ਹੋ ਜਾਂਦੀ ਹੈ, ਆਪਾਂ ਕਹਿੰਦੇ ਹਾਂ ਉਹਨੂੰ ਡਰੇਨ ਵੀ ਕਹਿੰਦੇ ਹਾਂ ਆਪਾਂ। ਉਸ ਤੋਂ ਬਾਅਦ ਆਪਾਂ ਨੂੰ ਕੀ ਕਰਦੇ ਹਾਂ? ਰੀਚਾਰਜ ਕਰਦੇ ਹਾਂ, ਉਹਦੇ ਵਿੱਚ ਐਨਰਜੀ ਫਿਰ ਤੋਂ ਫਿੱਲ ਕਰਦੇ ਹਾਂ, ਠੀਕ ਹੈ ਜੀ। ਨੈਕਸਟ ਹੈ ਐਬਨੋਰਮਲ। ਐਬਨੋਰਮਲ ਦੇਖੋ, ਨੋਰਮਲ ਚੀਜ਼ ਆਪਾਂ ਰੋਜ਼ਾਨਾ ਦੇਖਦੇ ਆਉਂਦੇ ਹਾਂ, ਜਿਹੜੀ ਚੀਜ਼ ਰੋਜ਼ਾਨਾ ਨਾ ਹੁੰਦੀ ਹੋਵੇ ਉਹਨੂੰ ਆਪਾਂ ਕਹਿੰਦੇ ਹਾਂ ਐਬਨੋਰਮਲ। ਆਪਸ਼ਨਸ ਕੀ ਹੈ? ਕਿਊਰੀਅਸ, ਜਨਰਲ, ਨੋਰਮਲ ਔਰ ਨੋਰਮਲ ਤਾਂ ਹੋਊਗਾ ਹੀ ਨਹੀਂ ਨਾ, ਕਿਉਂਕਿ ਨੋਰਮਲ ਦਾ ਅਪੋਜ਼ਿਟ ਹੈ ਐਬਨੋਰਮਲ। ਐਬਨੋਰਮਲ ਦੇ ਕੁਛ ਮੀਨਿੰਗ ਮੈਂ ਤੁਹਾਨੂੰ ਦੱਸਣਾ, ਕੋਈ ਚੀਜ਼ ਕਾਮਨ ਨਹੀਂ ਹੈ ਯਾਨੀ ਅਨਕੋਮਨ ਹੈ, ਯਾਨੀ ਉਹ ਚੀਜ਼ ਰੇਅਰ ਹੈ। ਆਪਸ਼ਨ ਦਿੱਤੇ ਹੋਏ ਕਿਊਰੀਅਸ,
ਹੁਣ ਕਿਊਰੀਅਸ ਦਾ ਮਤਲਬ ਹੁੰਦਾ ਹੈ ਕਿਸੇ ਚੀਜ਼ ਨੂੰ ਤੁਸੀਂ ਸਮਝਣ ਦੀ ਕੋਸ਼ਿਸ਼ ਕਰੋ ਕਿ ਕਿਊਰੀਅਸ ਦਾ ਮਤਲਬ ਹੁੰਦਾ ਕਿ ਮੈਂ ਕਿਸੇ ਚੀਜ਼ ਨੂੰ ਜਾਣਨ ਦੇ ਲਈ ਉਤਸੁਕ ਹਾਂ, ਠੀਕ ਹੈ, ਮੇਰੇ ਅੰਦਰ ਉਹਦੇ ਲਈ ਜਾਣਨ ਦੇ ਲਈ ਐਂਗਜ਼ਾਇਟੀ ਹੈ, ਠੀਕ ਹੈ, ਕਿਊਰੀਅਸ ਦਾ ਇੱਕ ਇਹ ਮਤਲਬ ਵੀ ਹੁੰਦਾ। ਇੱਕ ਕਿਊਰੀਅਸ ਦਾ ਮਤਲਬ ਹੁੰਦਾ ਹੈ ਜੋ ਚੀਜ਼ ਦੇਖਣ ਦੇ ਵਿੱਚ ਜਾਂ ਸੁਣਨ ਦੇ ਵਿੱਚ ਸਾਨੂੰ ਕੀ ਲੱਗੇ, ਵੀਅਰਡ ਲੱਗੇ, ਯਾਨੀ ਜੋ ਚੀਜ਼ ਆਪਾਂ ਕਦੀ ਸੁਣੀ ਨਾ ਹੋਵੇ। ਔਰ ਐਬਨੋਰਮਲ ਦਾ ਮਤਲਬ ਵੀ ਉਹੀ ਹੁੰਦਾ ਜੋ ਚੀਜ਼ ਆਪਾਂ ਰੋਜ਼ਾਨਾ ਨਹੀਂ ਦੇਖਦੇ। ਅਤੇ ਸਿਨੋਨਿਮ ਕੀ ਹੈ ਕਿਊਰੀਅਸ, ਇਹਦਾ ਆਂਸਰ ਹੈ ਜਨਰਲ ਯਾਨੀ ਨੋਰਮਲ ਵੇ ਦੇ ਵਿੱਚ, ਠੀਕ ਹੈ, ਨੋਰਮਲ ਔਰ ਜਨਰਲ ਸੇਮ ਹੈ, ਸਿਨੋਨਿਮ ਟਰਮਸ ਹੈ, ਠੀਕ ਹੈ ਜੀ। ਨੈਕਸਟ ਹੈ 18th ਕੁਸ਼ਚਨ ਹੈ ਐਕਸੀਡੈਂਟਲ। ਐਕਸੀਡੈਂਟਲ ਐਕਸੀਡੈਂਟ ਤੋਂ ਬਣਿਆ, ਐਕਸੀਡੈਂਟ ਕਿਆ ਆਪਾਂ ਉਮੀਦ ਕਰਦੇ ਹਾਂ, ਯਾਨੀ ਐਕਸੀਡੈਂਟ ਦੀ ਉਮੀਦ ਨਹੀਂ ਕੀਤੀ ਜਾਂਦੀ, ਉਹ ਚੀਜ਼ ਕੀ ਹੁੰਦੀ ਹੈ, ਅਨਐਕਸਪੈਕਟਿਡ ਹੁੰਦੀ ਹੈ। ਅਤੇ ਅਨਐਕਸਪੈਕਟਿਡ ਇਹਦਾ ਇੱਕ ਕੀ ਬਣ ਗਿਆ, ਸਿਨੋਨਿਮ ਬਣ ਗਿਆ। ਅਨਐਕਸਪੈਕਟਿਡਲੀ ਕੋਈ ਗੱਲ ਹੋ ਜਾਏ ਤਾਂ ਉਹਨੂੰ ਆਪਾਂ ਐਕਸੀਡੈਂਟਲ ਕਹਿ ਦਿੰਦੇ ਹਾਂ, ਯਾਨੀ ਕੋਈ ਚੀਜ਼ ਕੀ ਹੋ ਜਾਏ, ਬਾਏ ਚਾਂਸ ਹੋ ਜਾਏ, ਚਾਂਸ ਦੇ ਨਾਲ ਹੋ ਜਾਏ, ਠੀਕ ਹੈ ਜੀ। ਆਪਸ਼ਨਸ ਹੈ ਰੈਂਡਮ, ਵਿਗਰ, ਕੰਪਲੇਸੈਂਟ ਅਤੇ ਟ੍ਰਿਮੈਂਡਸ। ਟ੍ਰਿਮੈਂਡਸ ਦਾ ਮਤਲਬ ਕੀ ਹੁੰਦਾ, ਕੋਈ ਚੀਜ਼ ਬਹੁਤ ਵੱਡੀ ਹੈ, ਹਿਊਜ ਹੈ, ਸਿਨੋਨਿਮ ਵਰਡ ਹੁੰਦਾ ਇਹਦਾ ਇਨੋਰਮਸ। ਕੰਪਲੇਸੈਂਟ ਮੀਨਸ ਸੈਲਫ ਸੈਟਿਸਫਾਈਡ, ਅਗਰ ਆਪਾਂ ਖੁਦ ਆਪਣੇ ਨਾਲ ਸੈਟਿਸਫਾਈਡ ਹਾਂ ਯਾਨੀ ਸੰਤੁਸ਼ਟ ਹਾਂ ਤਾਂ ਉਹਨੂੰ ਕਹਿੰਦੇ ਆਪਾਂ ਕੰਪਲੇਸੈਂਟ। ਇੱਕ ਔਰ ਵਰਡ ਹੁੰਦਾ ਕੰਟੈਂਟ, ਕੰਟੈਂਟ ਜੋ ਤੁਸੀਂ ਦੇਖ ਰਹੇ ਹੋ ਉਹ ਵੀ ਕੰਟੈਂਟ ਹੈ, ਔਰ ਜੇ ਸੰਤੁਸ਼ਟੀ ਸੈਟਿਸਫੈਕਸ਼ਨ ਦੀ ਗੱਲ ਕਰੀਏ ਉਹਦਾ ਮੀਨਿੰਗ ਵੀ ਕੰਟੈਂਟ ਹੁੰਦਾ, ਠੀਕ ਹੈ। ਵਿਗਰ ਦਾ ਮਤਲਬ ਹੁੰਦਾ ਕੋਈ ਚੀਜ਼ ਬਹੁਤ ਸਟਰੋਂਗ ਹੈ, ਹੈਲਦੀ ਹੈ, ਅਤੇ ਉਹਨੂੰ ਆਪਾਂ ਕੀ ਕਹਿ ਦਿੰਦੇ ਹਾਂ, ਵਿਗਰ। ਔਰ ਰੈਂਡਮ ਦਾ ਮਤਲਬ ਕੀ ਹੁੰਦਾ, ਵਿਦਆਊਟ ਪ੍ਰਪਰੇਸ਼ਨ, ਵਿਦਆਊਟ ਪ੍ਰਪਰੇਸ਼ਨ ਕੋਈ ਚੀਜ਼ ਆਪਾਂ ਪਿੱਕ ਕਰੀਏ, ਟੂ ਪਿੱਕ ਰੈਂਡਮਲੀ ਅਗਰ ਕਹਿ ਦਿੰਦੇ ਆਪਾਂ ਕਿ ਕੋਈ ਬਿਨਾਂ ਸੋਚੇ ਸਮਝੇ ਕੋਈ ਗੱਲ ਆਪਾਂ ਕਰ ਦਈਏ। ਅਤੇ ਐਕਸੀਡੈਂਟਲ ਵੀ ਕੀ ਹੁੰਦੀ ਹੈ, ਅਨਐਕਸਪੈਕਟਿਡ ਹੁੰਦੀ ਹੈ, ਔਰ ਰੈਂਡਮ ਵੀ ਕੀ ਹੁੰਦੀ ਹੈ, ਅਨਐਕਸਪੈਕਟਿਡ ਹੁੰਦੀ ਹੈ। ਇਹਨਾਂ ਦੋਵੇਂ ਚੀਜ਼ਾਂ ਨੂੰ ਆਪਾਂ ਕਦੀ ਸੋਚ ਕੇ ਨਹੀਂ ਕਰਦੇ, ਆਪਣੇ ਆਪ ਹੋ ਜਾਂਦੀਆਂ ਨੇ, ਠੀਕ ਹੈ ਜੀ। ਅਤੇ ਇਹਦਾ ਸਿਨੋਨਿਮ ਵਰਡ ਕੀ ਮਿਲਿਆ ਸਾਨੂੰ, ਰੈਂਡਮ। ਨੋਟ ਡਾਊਨ ਜ਼ਰੂਰ ਕਰਦੇ ਚੱਲਦਾ ਨਾਲ ਦੇ ਨਾਲ, ਸਿਨੋਨਿਮ ਟਰਮਸ ਮੈਂ ਤੁਹਾਨੂੰ ਲਿਖਵਾ ਰਿਹਾ, ਠੀਕ ਹੈ ਜੀ, ਇਹ ਤੁਹਾਡੇ ਲਈ ਬੈਨੀਫਿਸ਼ੀਅਲ ਹੀ ਹੋਣਗੇ, ਠੀਕ ਹੈ ਜੀ। ਨੈਕਸਟ ਕੁਸ਼ਚਨ ਕਰਦੇ ਹਾਂ ਐਬਸੈਂਟ। ਐਬਸੈਂਟ ਸਾਰਿਆਂ ਨੂੰ ਪਤਾ ਹੈ, ਐਬਸੈਂਟ ਯਾਨੀ ਜਿਹੜੇ ਬੱਚੇ ਅੱਜ ਕਲਾਸ 'ਚੋਂ ਐਬਸੈਂਟ ਨੇ ਯਾਨੀ ਗੈਰ ਹਾਜ਼ਰ ਨੇ, ਉਹਨਾਂ ਨੂੰ ਆਪਾਂ ਕਹਿ ਦਿੰਦੇ ਹਾਂ ਐਬਸੈਂਟ, ਠੀਕ ਹੈ ਜੀ। ਸਿਨੋਨਿਮ ਵਰਡ ਦਿੱਤੇ ਹੋਏ ਆ ਟ੍ਰੈਂਡ, ਪ੍ਰਿਟੈਂਡ, ਮਿਸਿੰਗ ਜਾਂ ਕਨਵਰਸ। ਪਹਿਲਾਂ ਇਹਨਾਂ ਦੀ ਮੀਨਿੰਗ ਸਮਝਦੇ ਹੁੰਦੇ ਕੀ ਹੈ। ਟ੍ਰੈਂਡ ਮੈਂ ਪਹਿਲਾਂ ਵੀ ਸਮਝਾਇਆ ਅੱਜ ਦੇ ਲੈਕਚਰ ਦੇ ਵਿੱਚ, ਟ੍ਰੈਂਡ ਦਾ ਮਤਲਬ ਕੀ ਹੁੰਦਾ, ਫੈਸ਼ਨ, ਕੋਈ ਚੀਜ਼ ਫੈਸ਼ਨ ਦੇ ਵਿੱਚ, ਉਹਨੂੰ ਆਪਾਂ ਟ੍ਰੈਂਡ ਕਹਿੰਦੇ ਹਾਂ। ਪ੍ਰਿਟੈਂਡ ਦਾ ਮਤਲਬ ਕੀ ਹੁੰਦਾ, ਅਗਰ ਮੈਂ ਜੋ ਇਨਸਾਨ ਹਾਂ ਉਹ ਛੱਡ ਕੇ ਮੈਂ ਹੋਰ ਕੁਛ ਬਣਨ ਦੀ ਕੋਸ਼ਿਸ਼ ਕਰਾਂ, ਉਹ ਕੀ ਕਰਾਂ, ਮੈਂ ਕਰ ਰਿਹਾ ਪ੍ਰਿਟੈਂਡ ਕਰਨ ਦੀ ਕੋਸ਼ਿਸ਼ ਕਰ ਰਿਹਾ। ਸਿਨੋਨਿਮ ਵਰਡ ਕੀ ਹੋ ਸਕਦੇ ਇਹਦੇ, ਪੋਜ਼ ਜਾਂ ਪੋਸਚਰ, ਠੀਕ ਹੈ ਜੀ। ਨੈਕਸਟ ਹੈ ਮਿਸਿੰਗ, ਯਾਨੀ ਕੋਈ ਚੀਜ਼ ਸਾਨੂੰ ਲੱਭ ਨਹੀਂ ਰਹੀ। ਕਨਵਰਸ ਦਾ ਮਤਲਬ ਕੀ ਹੁੰਦਾ, ਕਨਵਰਸ ਟੂ ਟਾਕ, ਗੱਲ ਕਰਨਾ, ਠੀਕ ਹੈ। ਔਰ ਐਬਸੈਂਟ ਦਾ ਮਤਲਬ ਕੀ ਹੁੰਦਾ, ਕੋਈ ਚੀਜ਼ ਪ੍ਰੈਜੈਂਟ ਨਹੀਂ ਹੈ, ਯਾਨੀ ਕੀ ਹੈ, ਮਿਸਿੰਗ ਹੈ। ਅਤੇ ਮਿਸਿੰਗ ਸਿੱਧਾ ਸਿੱਧਾ ਇਹਦਾ ਕੀ ਬਣ ਜਾਏਗਾ, ਸਿਨੋਨਿਮ ਬਣ ਜਾਏਗਾ। ਐਡੀਸ਼ਨ, ਐਡੀਸ਼ਨ ਦਾ ਮਤਲਬ ਕੀ ਹੁੰਦਾ, ਕਿਸੇ ਚੀਜ਼ ਨੂੰ ਜੋੜਨਾ, ਵਧਾਉਣਾ, ਠੀਕ ਹੈ। ਆਪਸ਼ਨ ਦਿੱਤੇ ਹੋਏ ਆ ਸੇ ਯਾਨੀ ਬੋਲਣਾ। ਐਗਜੀਕਿਊਸ਼ਨ ਦਾ ਮਤਲਬ ਕੀ ਹੁੰਦਾ, ਕਿਸੇ ਆਰਡਰ ਨੂੰ ਕੀ ਕਰਨਾ, ਫੋਲੋ ਕਰਨਾ, ਠੀਕ ਹੈ। ਆਰਡਰ ਨੂੰ ਅਗਰ ਆਪਾਂ ਫੋਲੋ ਕਰ ਰਹੇ ਹਾਂ ਤਾਂ ਉਹ ਐਗਜੀਕਿਊਸ਼ਨ ਹੋ ਗਿਆ। ਇੰਪ੍ਰੈਸ ਯਾਨੀ ਕਿਸੇ ਬੰਦੇ ਨੂੰ ਆਪਾਂ ਕੀ ਕਰ ਰਹੇ ਹਾਂ, ਪ੍ਰਭਾਵਿਤ ਕਰ ਰਹੇ ਹਾਂ। ਐਕਸਟੈਂਸ਼ਨ ਦਾ ਮਤਲਬ ਕੀ ਹੁੰਦਾ, ਕਿਸੇ ਚੀਜ਼ ਨੂੰ ਵਧਾਉਣਾ, ਟੂ ਐਕਸਟੈਂਡ, ਟੂ ਇਨਕਰੀਜ਼, ਠੀਕ ਹੈ। ਅਤੇ ਐਡੀਸ਼ਨ ਵੀ ਕੀ ਕਰਦਾ, ਵਧਾਉਂਦਾ ਹੈ। ਅਤੇ ਇਹਦਾ ਆਂਸਰ ਕੀ ਹੋ ਗਿਆ, ਐਕਸਟੈਂਸ਼ਨ। ਨੈਕਸਟ 21 ਹੈ ਅਕੰਪਲਿਸ਼। ਅਕੰਪਲਿਸ਼ ਦਾ ਮਤਲਬ ਕੀ ਹੁੰਦਾ, ਹਾਸਿਲ ਕਰਨਾ ਕਿਸੇ ਚੀਜ਼ ਨੂੰ। ਔਰ ਆਪਸ਼ਨਸ ਦੇ ਵਿੱਚ ਦਿੱਤਾ ਹੋਇਆ ਅਚੀਵ, ਇਹਦੇ ਸਿਨੋਨਿਮ ਲਿਖ ਲਓ ਫੁਲਫਿਲ, ਔਰ ਅਟੇਨ, ਕਲੀਅਰ। ਆਪਸ਼ਨਸ ਦੇ ਵਿੱਚ ਦਿੱਤਾ ਹੋਇਆ ਅਚੀਵ, ਰੈਲੀਗੇਟ, ਰਿਜੋਇਸ, ਐਕਸਟੈਂਟ। ਐਕਸਟੈਂਟ, ਰਿਜੋਇਸ, ਰੈਲੀਗੇਟ ਪਹਿਲਾਂ ਮੀਨਿੰਗ ਸਮਝਦੇ। ਰਿਜੋਇਸ ਯਾਨੀ ਕਿਸੇ ਚੀਜ਼ ਨੂੰ ਇੰਜੋਏ ਕਰਨਾ ਬੇਸਿਕਲੀ। ਰੈਲੀਗੇਟ ਦਾ ਮਤਲਬ ਕੀ ਹੁੰਦਾ, ਡਿਮੋਟ ਕਰਨਾ ਯਾਨੀ ਰੈਂਕ ਤੋਂ ਥੱਲੇ ਲਾ ਦੇਣਾ, ਠੀਕ ਹੈ, ਟੂ ਬ੍ਰਿੰਗ ਡਾਊਨ ਬੇਸਿਕਲੀ। ਔਰ ਅਕੰਪਲਿਸ਼ ਦਾ ਸਿੱਧਾ ਸਿੱਧਾ ਮਤਲਬ ਸੀਗਾ ਕਿਸੇ ਚੀਜ਼ ਨੂੰ ਹਾਸਿਲ ਕਰਨਾ, ਔਰ ਵਰਡ ਦਿੱਤਾ ਹੋਇਆ ਅਚੀਵ, ਉਹਦਾ ਮਤਲਬ ਵੀ ਕੀ ਹੁੰਦਾ, ਕਿਸੇ ਚੀਜ਼ ਨੂੰ ਹਾਸਿਲ ਕਰਨਾ, ਕਿਸੇ ਮੁਕਾਮ ਨੂੰ, ਕਿਸੇ ਡ੍ਰੀਮ ਨੂੰ ਹਾਸਿਲ ਕਰਨਾ। ਜਿਵੇਂ ਤੁਸੀਂ ਹੁਣ ਸਬ ਇੰਸਪੈਕਟਰ ਜਾਂ ਕੋਂਸਟੇਬਲ ਦੀ ਤਿਆਰੀ ਕਰ ਰਹੇ ਹੋ ਅਤੇ ਤੁਸੀਂ ਉਹ ਐਗਜ਼ਾਮ ਨੂੰ ਪੂਰਾ ਕਰਕੇ ਆਪਣਾ ਸੁਪਨਾ ਹਾਸਿਲ ਕਰੋਗੇ, ਠੀਕ ਹੈ ਜੀ। ਨੈਕਸਟ ਕੁਸ਼ਚਨ ਕਰਦੇ ਹਾਂ 21, 22 ਕੁਸ਼ਚਨ ਹੈ ਅਲੂਫ। ਅਲੂਫ ਜਿਹੜੀ ਟਰਮ ਹੈ ਉਹਦਾ ਮਤਲਬ ਕੀ ਹੈ, ਪਹਿਲਾਂ ਸਮਝੋ। ਅਲੂਫ ਦਾ ਮਤਲਬ ਹੁੰਦਾ ਹੈ ਸੈਪਰੇਟ। ਅਲੂਫ ਦਾ ਸਿੱਧਾ ਸਿੱਧਾ ਮਤਲਬ ਹੈ ਸੈਪਰੇਟ, ਯਾਨੀ ਸੈਪਰੇਟ ਰਹਿਣਾ ਯਾਨੀ ਦੂਰ ਰਹਿਣਾ,
एक और वर्ड हो गया था डिस्टेंट, यानी आप दूर फार भी ये सिनोनिम वर्ड है। ऑप्शन दिते हुए प्रूफ, प्रूफ की होंगे किसी चीज़ के जो आप कहने प्रूफ देना, यानी वो दे, तुसी की कह सकते हो पंजाबी दे विच की सबूत दे रहे हो। ठीक है, कैंडी जो होंगी है स्वीट होंगी है, मिठी चीज़ नूं आप कैंडी कह दें। अनफ्रेंडली इहदा आंसर है, नन ऑफ दीस ते होगा नहीं, अनफ्रेंडली है। अनफ्रेंडली किवें होंदा, फ्रेंडली मतलब दोस्ताना तरीके ना रहना, एक दूजे ना मिल के रहना। अनफ्रेंडली की होंदा, एक दूसरे से दूर रहना, और अलूफ का मतलब भी की होंदा सैपरेट। नैक्सट है अफेबल, अफेबल का मतलब की होंदा है, पहला अफेबल दे मतलब होंदे है वह लिख लो एमीएबल, कॉर्डियल यानी दोस्ताना, दोस्त बन के रहना इज अफेबल। और सिनोनिम वर्ड इतने दिता हुआ फ्रेंडली, सीधा तो सीधा लिख लो। बाकी वर्ड का मीनिंग भी लिख लो, फेबल का मतलब होंगे शॉर्ट स्टोरी, छोटी जी कोई कहानी। फीएंड का मतलब होंगे है कोई इंसान अगर बुरा है, विकड है, वो आत्मा की है बुरी है, तो उन्होंने आप कह दें आप फीएंड। फ्लक्चुएट अगर लाइट की करती है, चेंज करती है, जगदी बुझदी है, उन्होंने आप कहने फ्लक्चुएट। और एक और यदा मीनिंग होंगे ऑल्टर, लिख लेना नाल दे नाल, तुसी नोट डाउन कर लेना, तुहाडे लई बहुत बेनीफिशियल होंगे बच्चों। ठीक है जी, लास्ट क्वेश्चन करते हैं 24, अबॉलिश। अबॉलिश का मतलब की होंगे है किसी चीज़ को ख़त्म करना, टू एंड, टू स्टॉप। ठीक है, तो ऑप्शन के दिता है सानू अनॉय, आप फर्स्ट क्वेश्चन किया अनॉय का, अनॉय का की मतलब है फिर इरी टेट, नाल दे नाल तुसी अटैम्प्ट करते रहना। मिटीगेट का मतलब होंगे है किसी के दुख में, किसी की सिचुएशन नू अच्छा करना, यानी वो दुख में की करना घटाना, टू रिड्यूस या लैसन। और कैंसल एक ऑप्शन है, और जूम, जूम यानी लागे या दूर, जूम इन जूम आउट। ठीक है, कैंसल का मतलब फिर यदा की होंगे सेम होंगे, कैंसल का मतलब भी की होंगे टू ब्रिंग टू एंड, किसी चीज़ को आप खत्म कर रहे हैं, तो डैट इज़ कैंसल। तो अबॉलिश का आंसर की है इतने कैंसल। ठीक है जी, अज आप सिनोनिम से कुछ क्वेश्चन किए हैं, आई होप सो तुहानू समझ आई होएगी। सिनोनिम के नैक्सट एक्सरसाइज के भी आप कुछ क्वेश्चन लैके आवेंगे, जिदे आप वन ऑन वन इंट्रैक्शन करा, तो मैं क्वेश्चन देवगा, तो और नाम के नाल अटैम्प्ट करने हैं। ठीक है जी, आई होप सो लैक्चर तुम्हें क्लीयर होया होगा। जो तुम्हें कोई भी लैक्चर के डाउट है तो साडे कमेंट सैक्शन के भी कमेंट कर सकते हो, साडा टैलीग्राम का लिंक दिता हुआ तुम्हें, टैलीग्राम के भी तुम क्वेश्चन जाके पूछ सकते हो। साडा यूट्यूब चैनल एजुकेशन वर्ड EW तुम जरूर सबसक्राइब करो, बैल आइकन प्रेस करो, ताकि लेटेस्ट वीडियो तक तक पहुँच सके। मिलते हैं नैक्सट लैक्चर के नैक्सट टॉपिक के नाल, तद तक दिल्ली थैंक यू।